ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ, ਸਿੱਖ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹੀ ਬੇਨਤੀ ਕਰਦੀ ਹਾਂ ਪ੍ਰਸ਼ਾਸਨ ਨੂੰ ਅਤੇ ਪੰਜਾਬ ਸਰਕਾਰ ਤੋਂ ਵੀ, ਵੇਖੋ ਉੱਥੇ ਸਾਡੇ ਬੱਚਿਆਂ ਨੇ ਕੋਈ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਿਆ, ਮਾੜੇ ਮੋਟੇ ਥੋੜ੍ਹੇ ਹੀ ਵੱਜੇ ਨੇ ਅਤੇ 307 ਦੇ ਪਰਚੇ ਦਰਜ ਹੋਏ ਨੇ। ਮੰਗੂ ਮੱਠ ਸਾਹਿਬ, ਡਾਂਗਮਾਰ ਸਾਹਿਬ, ਗੁਰਦੁਆਰਾ ਸਾਹਿਬ ਢਾ ਦਿੱਤਾ ਸਾਡੇ ਵਾਸਤੇ, ਉਹ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਸਾਡੇ ਵਾਸਤੇ ਕੀ ਕੀਤਾ? ਉਹਨਾਂ ਵਾਸਤੇ ਕੋਈ ਧਾਰਾ ਨਹੀਂ ਹੈਗੀ, ਸਿਰਫ ਇੱਕ ਸਿੱਖਾਂ ਦੇ ਬੱਚਿਆਂ ਵਾਸਤੇ ਇਹਨਾਂ ਕੋਲ ਧਰਾਵਾਂ ਲੈ ਗਈਆਂ ਵੀ ਅਸੀਂ ਕਿਹੜੀ ਧਰਾਵਾਂ ਲਾਉਣੀ ਆ। ਮੈਂ ਕਹਿੰਦੀ ਹਾਂ ਵੀ ਵੀਰੋ, ਮੈਂ ਪੰਜਾਬ ਸਰਕਾਰ ਨੂੰ ਵੀ, ਪੰਜਾਬ ਪੁਲਿਸ ਨੂੰ ਵਾਲੇ ਵੀਰਾਂ ਨੂੰ ਵੀ, ਆਪਣੇ ਮੈਂ ਤਾਂ ਵੀਰ ਹੀ ਮੰਨਦੀ ਹਾਂ, ਮੈਨੂੰ ਨਹੀਂ ਪਤਾ ਕਿਉਂ, ਕਿਉਂਕਿ ਮੇਰੇ ਗੁਰਕਰਗੀਧਰ ਪਾਤਸ਼ਾਹ ਜੀ ਨੇ ਸਾਨੂੰ ਸਾਰੇ ਭੈਣ ਭਰਾ ਹੀ ਦੱਸਿਆ। ਮੈਂ ਉਹਨਾਂ ਦੇ ਅੱਗੇ ਵੀ ਬੇਨਤੀ ਕਰਦੀ, ਵੀਰੋ ਇਸ ਅਦਾਲਤ 'ਚੋਂ ਬਚ ਜਾਓਗੇ, ਪਰ ਉਸ ਅਕਾਲ ਪੁਰਖ ਦੀ ਅਦਾਲਤ 'ਚੋਂ ਨਹੀਂ ਤੁਸੀਂ ਬਚ ਸਕਦੇ, ਕਿਉਂਕਿ ਉੱਥੇ ਜਿਹੜਾ ਜੱਜ ਬੈਠਾ, ਦੁਨਿਆਵੀ ਜੱਜ ਬੈਠਾ, ਉਹਨੇ ਵੀ ਤੁਹਾਡੇ ਕੋਲੋਂ ਪਰੂਫ ਮੰਗਣੇ ਨੇ। ਤੁਸੀਂ ਜਿਹੜੇ ਸਿੰਘਾਂ ਦੇ ਇਲਜ਼ਾਮ ਲਾਏ ਨੇ ਕਿ ਮਤਲਬ ਪੁਲਿਸ ਵਾਲਿਆਂ ਦੇ ਹੱਥੀਂ ਪਏ ਨੇ, ਇਹਨਾਂ ਨੇ ਇਰਾਦਾ ਕਤਲ ਦੇ ਨਾਲ ਆਏ ਨੇ, ਵੀਰੋ ਬਿਲਕੁਲ ਝੂਠ ਨਾ ਮਾਰੋ। ਤੁਹਾਡੇ ਘਰਾਂ ਦੇ ਵਿੱਚ ਵੀ ਬੱਚੇ ਹੈਗੇ ਜੇ, ਮੈਨੂੰ ਪਤਾ, ਮੈਂ ਬਾਬਾ ਸ਼ਹੀਦਾਂ ਬਾਬਾ ਆਪਣੇ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਕੇ ਕਹਿੰਦੀ ਜੇ, ਹਾਜ਼ਰ ਨਾਜ਼ਰ ਮੰਨ ਕੇ ਕਹਿੰਦੀ ਜੇ ਕਿ ਜਿਹੜਾ ਵੀ ਬੰਦਾ ਸਿੱਖ ਕੌਮ ਨਾਲ ਧੱਕਾ ਕਰੂਗਾ ਨਾ, ਉਹ ਫਿਰ ਇੱਥੋਂ ਦੀਆਂ ਵੀ ਫਟਕਾਰਾਂ ਅਤੇ ਅੱਗੋਂ ਦਰਗਾਹ ਦੀਆਂ ਮੈਨੂੰ ਫਟਕਾਰਾਂ ਪੈਂਦੀਆਂ ਜੇ। ਬੇਨਤੀ ਕਰਦੀ ਹਾਂ ਕਿ ਇਹਨਾਂ ਬੱਚਿਆਂ ਦੇ ਧੱਕੇ ਨਾ ਕਰੋ, ਇਹਨਾਂ ਬੱਚਿਆਂ ਦੇ ਪਰਚੇ ਰੱਦ ਕਰੋ। ਇਹ ਬੱਚੇ, ਇਹ ਭੈਣ ਜੀ ਦਾ ਬੱਚਾ ਨੀਗਾ। ਜਿੱਦਣ ਉਸ ਬੱਚੇ ਦੀ ਮੈਂ ਫੋਟੋ ਵੇਖੀ ਸੀ, ਮੈਂ 2 ਦਿਨ ਰੋਂਦੀ ਰਹੀ ਅਤੇ ਮੇਰੇ ਫੈਮਿਲੀ ਨੇ ਮੈਨੂੰ ਪੁੱਛਿਆ, ਕਹਿੰਦੇ ਅੱਜ ਤੱਕ ਤੁਸੀਂ ਕਦੀ ਹੌਸਲਾ ਨਹੀਂ ਢਾਇਆ। ਮੈਂ ਆਪਣੀ ਫੈਮਿਲੀ ਨੂੰ ਇੱਕੋ ਜਵਾਬ ਦਿੱਤਾ, ਅੱਜ ਮੈਨੂੰ ਐਂ ਲੱਗਾ ਜਿਸ ਤਰ੍ਹਾਂ ਕੋਈ ਮੇਰਾ ਜਿਗਰ ਦਾ ਟੋਟਾ ਮੇਰੇ ਕੋਲੋਂ ਖੋਹ ਕੇ ਲੈ ਗਿਆ। ਸੱਚਾਈ ਜੇ ਵੀਰੋ, ਹਾਜ਼ਰ ਨਾਜ਼ਰ ਮੰਨ ਕੇ ਮੈਂ ਮਹਾਰਾਜ ਨੂੰ ਕਹਿੰਦੀ ਜੇ, ਮੈਂ ਕਦੀ ਭਾਵਕ ਨਹੀਂ ਹੋਈ, ਪਰ ਉਸ ਪੁੱਤਰ ਵੱਲ ਵੇਖ ਕੇ ਮੈਂ ਭਾਵਕ ਹੋ ਗਈ ਜੇ। ਸ਼ਰਮ ਕਰੋ ਥੋੜ੍ਹੀ ਬਹੁਤੀ ਕੇਂਦਰ ਸਰਕਾਰਾਂ ਨੂੰ, ਸਾਡੇ 'ਤੇ ਰਹਿਮ ਕਰੋ। ਜੇ ਅੱਜ ਤੁਹਾਡੀ ਦਿੱਲੀ ਆ, ਇੱਕ ਸਿਰਫ ਖਾਲਸੇ ਕਰਕੇ ਹੀ ਤੁਹਾਡੀ ਦਿੱਲੀ, ਜਿਹਨੂੰ ਅੱਜ ਤੁਸੀਂ ਕਹਿੰਦੇ ਜੇ ਸਾਡੀ ਦਿੱਲੀ, ਸਾਡੀ ਕੇਂਦਰ ਸਰਕਾਰ, ਇਹ ਖਾਲਸਾ ਰਾਜ ਕਰਕੇ ਹੀ ਸਭ ਕੁਝ ਆ। ਜੇ ਅੱਜ ਆਪਾਂ ਸਾਰੇ ਇੱਥੇ ਤੁਰੇ ਫਿਰਦੇ ਜਾਂ ਮੰਦਰ ਜਾਂ ਮਸਜਿਦ ਆ, ਇਹ ਸਿਰਫ ਇੱਕ ਖਾਲਸਾ ਰਾਜ ਕਰਕੇ ਹੀ ਆ। ਤੁਸੀਂ ਇਸ ਕੌਮ ਦਾ ਦੇਣਾ ਨਹੀਂ ਦੇ ਸਕਦੇ, ਇਹਨਾਂ 'ਤੇ ਬੇਇਨਸਾਫੀਆਂ ਨਾ ਕਰੋ। ਇਹੋ ਜਿਹੇ ਸਾਡੇ ਕੋਲ ਵੀ ਧੱਕੇ ਨਹੀਂ ਖਾਧੇ ਜਾਂਦੇ, ਅਸੀਂ ਘਰਾਂ 'ਚੋਂ ਵਿਹਲੇ ਨਹੀਂ ਹੈਗੇ ਵੀ ਅਸੀਂ ਇਸ ਤਰ੍ਹਾਂ ਧੱਕੇ ਖਾਈਏ ਸੜਕਾਂ ਦੇ ਉੱਤੇ। ਮੈਂ ਕਹਿੰਦੀ ਹਾਂ ਕਿ ਜਿਹੜੀਆਂ ਸਾਡੀਆਂ ਬੀਬੀਆਂ ਦੇ ਨਾਲ ਧੱਕਾਂ ਦਾ, 4-4 ਸਾਲ ਦੀਆਂ ਬੱਚੀਆਂ ਦੇ ਨਾਲ ਰੇਪ ਹੁੰਦਾ, ਉਹਨਾਂ ਵਾਸਤੇ ਤੁਹਾਡੇ ਕੋਲ ਕੋਈ ਮਤਲਬ ਧਾਰਾ ਨਹੀਂ ਲੱਭਦੀ? ਉਹ ਬੰਦੇ ਆਜ਼ਾਦ ਘੁੰਮਦੇ ਨੇ, ਇੱਕ ਸਿਰਫ ਸਾਡੇ ਸਿੱਖਾਂ ਵਾਸਤੇ ਤੁਹਾਡੇ ਕੋਲ ਧਾਰਾਵਾਂ ਲੱਭ ਗਈਆਂ ਕਿ ਤੁਸੀਂ ਚੁੱਕ ਕੇ ਅਤੇ ਅੰਦਰ ਸੁੱਟਣਾ ਕੋਈ ਕਰਨਾ ਇਸ ਤਰ੍ਹਾਂ, ਜੋ ਮਰਜ਼ੀ ਕਰ ਲਓ। ਇਹ ਸਿੱਖ ਕੌਮ ਅੱਜ ਤੱਕ ਨਾ ਖਤਮ ਹੋਈ ਜੇ ਅਤੇ ਨਾ ਹੋਣੀਆਂ ਜੇ ਆਪਣੀਆਂ ਕੁਰਸੀਆਂ 'ਚ। ਕੋਚੀਆਂ ਚਾਲਾਂ ਨੂੰ ਬੰਦ ਕਰ ਦਿਓ, ਅਸੀਂ ਤਾਂ ਉਸ ਦਿਨ ਨਹੀਂ ਸੀ ਮੁੱਕੇ। ਜੇ ਕਿਸੇ ਨੂੰ ਨਹੀਂ ਵਿਸ਼ਵਾਸ ਹੈਗਾ ਨਾ, ਤਾਂ ਅੱਜ ਦਾ ਭਾਈ ਮਹਿਲ ਸਿੰਘ ਹੋਣਾ ਦਾ ਜ਼ਫਰਨਾਮਾ ਸੁਣ ਕੇ ਵੇਖ ਲਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੁੰਡਲੀਆ, ਮੇਰਾ ਕੁੰਡਲੀਆ ਖਾਲਸਾ, ਇਹ ਕੁੰਡਲੀ ਇਹੋ ਜਿਹੀ ਮਾਰਾਂਗੇ ਕਿ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਅਸੀਂ ਕੁੰਡਲੀ 'ਚੋਂ ਨਿਕਲਣਾ ਕਿੱਥੋਂ। ਬੇਨਤੀ ਕਰਦੇ ਹਾਂ ਕਿ ਉਹਨਾਂ ਬੱਚਿਆਂ ਨੂੰ ਰਿਹਾ ਕੀਤਾ ਜਾਵੇ, ਜੋ ਵੀ ਉਹਨਾਂ ਧਰਾਵਾਂ ਲੱਗੀਆਂ ਨੇ ਬਿਲਕੁਲ ਖਤਮ ਹੋਣਗੀਆਂ ਜਿਹਦੀ। ਬਾਕੀ ਰਹੀ ਗੱਲ ਬੁੱਤਾਂ ਦੀ, ਜੇ ਰਹੀ ਗੱਲ ਬੁੱਤਾਂ ਦੀ, ਇਹ ਨਾ ਸੋਚੋ ਆਖਰੀ ਸਮਾਂ ਤੱਕ ਵੀ ਲੜਨਾ ਪਊਗਾ ਤੇ ਲੜਾਂਗੇ, ਬੁੱਤ ਨਹੀਂ ਰਹਿਣ ਦੇਣੇ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਲਾ ਦਿਆਂ ਹੀ ਬੋਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।